ਫਿਰੋਜ਼ਪੁਰ ਐਸਟੀਐਫ ਰੇਂਜ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ 7 ਕਿਲੋ ਹੈਰੋਇਨ ਦੇ ਨਾਲ ਨਾਲ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਫਿਰੋਜ਼ਪੁਰ ਪੁਲਿਸ ਦੇ ਦੱਸਿਆ ਮੁਤਾਬਕ ਇਹ ਨਸ਼ਾ ਤਸਕਰ ਸੰਗਣੀ ਕੋਰੇ ਦਾ ਫਾਇਦਾ ਉਠਾਉਂਦੇ ਸੀ ਤੇ ਪਾਕਿਸਤਾਨ ਤੋਂ ਭਾਰਤ ਦੀ ਸਰਹੱਦ ਅੰਦਰ ਤੇ ਭਾਰਤ ਦੀ ਸਰਹੱਦ ਤੋਂ ਪਾਕਿਸਤਾਨ ਦੀ ਸਰਹੱਦ ਅੰਦਰ ਨਸ਼ਾ ਤਸਕਰੀ ਕੀਤੀ ਜਾਂਦੀ ਸੀ ਸ਼ੁਰੂਆਤੀ ਜਾਂਚ ਸਾਹਮਣੇ ਆਇਆ ਕਿ ਪਾਕਿਸਤਾਨ ਤੋਂ ਭਾਰਤ ਵੱਲ ਡਰੋਨ ਦੇ ਜ਼ਰੀਏ ਇਸ ਹੈਰੋਇਨ ਨੂੰ ਮਗਵਾਇਆ ਗਿਆ ਸੀ ਜਰੇਲਾਬਾਦ ਕੁਬਾਇਆ ਪਿੰਡ ਦੇ ਏਰੀਏ ਤੋਂ ਐਸਟੀਐਫ ਨੇ ਇੱਕ ਨਸ਼ਾ ਤਸਕਰ ਨੂੰ 7 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਫਿਰੋਜ਼ਪੁਰ ਐਸਟੀਐਫ ਰੇਂਜ ਦੇ ਡੀਐਸਪੀ ਰਾਜबीर ਸਿੰਘ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ 7 ਕਿਲੋ ਹੈਰੋਇਨ ਆਪਾਂ ਰਿਕਵਰ ਕੀਤੀ ਹੈ ਜੀ ਤੇ ਇਹ ਕਬਾਇਆ ਦੇ ਨਜ਼ਦੀਕ ਤੋਂ ਕੀਤੀ ਹੈਗੀ ਹੈ ਜੀ ਲਿੰਕ ਰੋਡ ਤੋਂ ਜੀ ਟੀਮ ਸਰ ਕਿਹੜੀ ਨੇ ਫੜੀ ਟੀਮ ਸਾਡੇ ਐਸਐਸਆਈ ਬਲਕਾਰ ਸਿੰਘ ਦੀ ਟੀਮ ਸੀ ਜੀ ਔਰ ਸਾਡੇ ਕੋਲੇ ਇਨਫੋਰਮੇਸ਼ਨ ਸੀ ਵੀ ਹੈ ਫਲਾਉ ਬੰਦਾ ਜਿਹੜਾ ਹੈਗਾ ਇਹ ਹਰਵੈਨ ਮਗਵਾਉਂਦਾ ਹੈਗਾ ਪਾਕਿਸਤਾਨ ਤੋਂ ਤੇ ਫਰਦਰ ਅੱਗੇ ਡਿਲੀਵਰੀ ਕਰਦਾ ਅਸੀਂ ਇਹਨੂੰ ਆਪਣੀ ਸਰਵੇਲੈਂਸਿੰਗ ਦੀ ਕਰ ਰਹੇ ਸੀਗੇ ਸਰਵੇਲੈਂਸ ਕਰ ਰਹੇ ਸੀ ਸੋਰਸ ਬੇਸਡ ਆਪਰੇਸ਼ਨ ਕੀਤਾ ਜੀ ਅਸੀਂ ਤਾਂ ਕੰਮ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਹੈ ਬੰਦਾ ਅੱਜ ਡਰੱਗਾਂ ਦੇ ਕੋਲੇ ਆਈ ਹੈ ਆਲਰੇਡੀ ਤੇ ਇਹਨੇ ਡਿਲੀਵਰੀ ਦੇਣੀ ਹੈ ਤਾਂ ਅਸੀਂ ਉਸ ਏਰੀਆ ਦੇ ਵਿੱਚ ਆਪਣੀ ਟੀਮ ਲਗਾਈ ਸੀ ਜੀ ਇਹ ਫਿਰ ਜਦੋਂ ਬੰਦਾ ਆਇਆ ਤੇ ਅਸੀਂ ਇਹਨੂੰ ਕਾਬੂ ਕੀਤਾ ਤੈਨਦੇ ਤੌਰ ਕਬੜੀ ਹੋਈ ਸੀ ਸਰ ਕਿੰਨੇ ਬੰਦੇ ਹੈਗੇ ਸੀ ਔਰ ਕੀ ਨਾਮ ਹੈਗਾ ਔਰ ਕਿੱਥੋਂ ਦਾ ਰਹਿਣ ਵਾਲਾ ਏ ਇਹ ਕਲਾਈ ਬੰਦਾ ਸੀਗਾ ਜੀ ਜੋ ਫਿਲਹਾਲ ਅਸੀਂ ਅਰੈਸਟ ਕੀਤਾ ਕਲਾਈ ਬੰਦਾ ਆਇਆ ਸੀਗਾ ਇਹਦਾ ਨਾਮ ਸੁਖਵੰਤ ਸਿੰਘ ਹੈ ਪੁੱਤਰ ਗਿਆਨ ਸਿੰਘ ਪਿੰਡ ਇਹਦਾ ਹੈਗਾ ਜੀ ਟੱਲੀ ਵਾਲਾ ਅ ਨਜ਼ਦੀਕ ਕੋਬਾਇਆ ਮੰਡੀ ਸਰ ਕਿੰਨੇ ਪੈਕੇਟ ਹੈਗੇ ਸੀ ਇਹ ਟੋਟਲ 7 ਪੈਕੇਟ ਜੀ ਇਹ ਕਿਸ ਤਰੀਕੇ ਦੇ ਨਾਲ ਆਈ ਹੈਗੀ ਸੀਗੀ ਇਹ ਇਹ ਡਰੋਨ ਦੇ ਰਾਈਏ ਨੇ ਇਹਦੇ ਕੋਲੇ ਆਈ ਆ ਜੀ ਸੈਚਰਡੇ ਨੂੰ ਆਈ ਸੀਗੀ ਪਿਛਲੇ ਸੈਚਰਡੇ ਨੂੰ ਤੇ ਉਸ ਦਿਨ ਰਾਤ ਨੂੰ ਆਈ ਆ ਕੋਈ 1 ਤੋਂ ਲੈ ਕੇ 3 ਦੇ ਦਰਮਿਆਨ ਤੇ ਉਸ ਤੋਂ ਬਾਅਦ ਇਹ ਇਹਦੀ ਇਹਦੀ ਕਸਟਡੀ ਚ ਸੀਗੀ ਉਦੋਂ ਤੋਂ ਲੈ ਕੇ ਤਾਂ ਫਰਦਰ ਇਹ ਨੇ ਜਿਹੜਾ ਜਿਹਨੂੰ ਡਿਲੀਵਰ ਕਰਨੀ ਸੀ ਤਾਂ ਇਹ ਕਾਲ ਡਿਲੀਵਰ ਕਰਨ ਜਾ ਰਿਹਾ ਸੀਗਾ ਸਾਡੇ ਕੋਲੇ ਇਨਫੋਰਮੇਸ਼ਨ ਸੀ ਕੱਲ ਅਸੀਂ ਕੰਮ ਕੀਤਾ ਸਰ ਇਹ ਉੱਥੇ ਕਿੰਦੇ ਲਿੰਕ ਚ ਹੈਗਾ ਸੀਗਾ ਪਾਕਿਸਤਾਨ ਦੇ ਵਿੱਚ ਔਰ ਕਿੱਦਾਂ ਮੰਗਵਾਉਂਦਾ ਹੈਗਾ ਸੀਗਾ ਇਹ ਇਹ ਪਾਕਿਸਤਾਨ ਦੇ ਵਿੱਚ ਜਿਹੜਾ ਹੈਗਾ ਇਹਦਾ ਹਾਂ ਬਜਰੀਆ ਟੈਲੀਫੋਨ ਜੀ ਬਜਰੀਆ ਜਿਵੇਂ ਅੱਜਕੱਲ ਸੋਸ਼ਲ ਮੀਡੀਆ ਹੈਗਾ WhatsApp ਕਾਲ ਜਾਂ ਹੋਰ ਕਈ ਐਪਸ ਹੈਗੀਆਂ ਉਹਨਾਂ ਦੇ ਜਰੀਏ ਇਹ ਉਹਨਾਂ ਦੇ ਸੰਪਰਕ ਚ ਨੇ ਜੀ ਸੰਪਰਕ ਚ ਸੀਗਾ ਮਤਲਬ ਤਾਂ ਫਿਰ ਇੱਥੋਂ ਜਿਹੜੀ ਇਹ ਲੋਕੇਸ਼ਨ ਵਗੈਰਾ ਭੇਜਦਾ ਸੀਗਾ ਉਹਦੇ ਅਕੋਰਡਿੰਗਲੀ ਉਹ ਡਰਾਪਿੰਗ ਕਰਦੇ ਸੀ ਇਹ ਅੱਗੋਂ ਰਿਟਰੀਵ ਕਰਕੇ ਤੇ ਫਰਦਰ ਅੱਗੇ ਡਿਲੀਵਰੀ ਕਰਦਾ ਸੀ ਜਿਹੜੀ ਡਿਲੀਵਰੀ ਕਰਨ ਜਾ ਰਿਹਾ ਸੀਗਾ ਪਤਾ ਲੱਗਾ ਕਿ ਕੌਣ ਹੋਗੇ ਸੀਗੇ ਅੱਗੇ ਜਿਨ੍ਹਾਂ ਨੇ ਲੈਣੀ ਹੈਗੀ ਸੀ ਹੀਰੋਇਨ ਉਹ ਜਿਹੜੇ ਬੰਦੇ ਇਹਦੇ ਕੈਨ ਮੁਤਾਬਕ ਤਰਨ ਤਾਰੇ ਤਰਨ ਤਰਨ ਏਰੀਆ ਦਾ ਹੈਗਾ ਬੰਦਾ ਉਹਦਾ ਇਹਦਾ ਫੋਨ ਤੇ ਉਹਦੇ ਨਾਲ ਕੰਟੈਕਟ ਹੈਗਾ ਫੋਨ ਸਾਨੂੰ ਨੰਬਰ ਉਹਦਾ ਮਿਲ ਗਿਆ ਹੈਗਾ ਬਟ ਉਹ ਇੱਕ WhatsApp ਨੰਬਰ ਹੈਗਾ WhatsApp ਤੋਂ ਅੱਗੇ ਫਰਦਰ ਉਹ ਵਰਚੁਅਲ ਨੰਬਰ ਹੈਗਾ ਉਹਦੇ ਤੇ ਅਸੀਂ ਵਰਕ ਕਰ ਰਹੇ ਆ ਉਸ ਬੰਦੇ ਨੂੰ ਟ੍ਰੇਸ ਕਰਕੇ ਤਾਂ ਉਹਨੂੰ ਇਸ ਕੇਸ ਦੇ ਵਿੱਚ ਹੁੰਦੀ ਵੀ ਕਾਰਵਾਈ ਸੀ ਇਸ ਤੋਂ ਪਹਿਲਾਂ ਕਿੰਨੀ ਵਾਰੀਆਂ ਮੰਗਵਾ ਚੁੱਕਿਆ ਇਸ ਤੋਂ ਪਹਿਲਾਂ ਇੱਕ ਵਾਰੀ ਹਾਂ ਇਹ ਕਰੀਬ ਦਾ 15 20 ਦਿਨ ਪਹਿਲਾਂ ਉਦੋਂ ਇਹ ਕੇਸ ਹੈਗੇ ਉਦੋਂ ਇਹਨੇ 4 ਕਿਲੋ 4 ਪੈਕਟ ਹੋਰ ਵੀ ਮਾਮਲੇ ਦਰਜ ਹੁੰਦੇ ਇਹਦੇ ਤੇ ਇਹ ਤੋਂ ਪਹਿਲਾਂ ਕੇਸ ਕੋਈ ਨਹੀਂ ਰਜਿਸਟਰਡ ਆ ਕੋਈ ਕ੍ਰਿਮਨਲ ਹਿਸਟਰੀ ਨਹੀਂ ਹੈਗੀ ਕੇਸ ਪਹਿਲਾਂ ਹੀ ਰਜਿਸਟਰਡ ਹੋਇਆ ਸਰ ਅੱਗੇ ਵੀ ਜਾਂਚ ਕੀਤੀ ਜਾ ਰਹੀ ਹੈ ਇਸ ਦੀ ਹਾਂ ਇਹਦਾ ਜਿਹੜਾ ਵੀ ਅੱਗੇ ਜੋ ਵੀ ਇਹਦਾ ਫਰਦਰ ਲਿੰਕ ਹੈਗਾ ਜਾਂ ਇਹਦੇ ਜਿਹੜੇ ਐਸੋਸੀਏਟ ਹੈਗੇ ਉਹਦੀ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਅੱਜ ਬੰਦੇ ਦਾ ਰਿਮਾਂਡ ਲੈਣਾ ਹੈਗਾ ਤਾਂ ਫਰਦਰ ਅਸੀਂ ਉਹਨੂੰ ਸਾਰੋਂ ਦੇ ਤਰਕ ਸਰ ਕੋਈ ਡਰੋਨ ਵੀ ਬਰਾਮਦ ਹੋਇਆ ਇਹਦੇ ਵਿੱਚ ਨਹੀਂ ਜੀ ਇਸ ਕੇਸ ਦੇ ਵਿੱਚ ਡਰੋਨ ਨਹੀਂ ਬਰਾਮਦ ਹੋਇਆ ਜੀ ਬਟ ਇਹ ਜੋ ਵੀ ਡਰਗ ਆਈ ਡਰੋਨ ਰਹੀ ਹੈ ਤੇ ਜਿਨ੍ਹਾਂ ਨੂੰ ਇਹਨੇ ਸਪਲਾਈ ਕੀਤੀ ਤੁਸੀਂ ਉਹਨਾਂ ਨੂੰ ਹੀ ਟਾਰਗੇਟ ਕਰੋਗੇ ਤੇ ਸਪਲਾਈ ਤਾਂ ਕਰਨ ਜਾ ਰਿਹਾ ਸੀਗਾ ਇਹ ਜਿਹੜੀ ਪਹਿਲਾਂ ਦੀ 4 ਕਿਲੋ ਜਿਹੜੀ ਹੈ ਹਾਂ ਪਹਿਲਾਂ ਵਾਲਾ ਜਿਹੜਾ ਹੈਗਾ ਉਹ ਇਸ ਸੇਮ ਹੀ ਮਤਲਬ ਇਹਦੇ ਦਸਨ ਮੁਤਾਬਕ ਜਿਹਨੂੰ ਹੁਣੇ ਨੇ ਸਪਲਾਈ ਕਰਨੀ ਸੀ ਸੇਮ ਹੀ ਪਾਰਟੀ ਹੈਗੀ ਆ ਤਾਂ ਉਹਦੇ ਤੇ ਅਸੀਂ ਵਰਕ ਕਰ ਰਹੇ ਆਂ ਜੀ ਉਹਨੂੰ ਅਸੀਂ ਆਇਡੈਂਟੀਫਾਈ ਕਰਕੇ ਉਹਦਾ ਲਿੰਕ ਜੋੜ ਕੇ ਤਾਂ ਉਹ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਸਰ ਧੁੰਦ ਦੇ ਵਿੱਚ ਕਾਫੀ ਫਾਇਦਾ ਚੱਕਦੇ ਹੈਗੇ ਧੁੰਦ ਦਾ ਵੀ ਇਹ ਹਾਂਜੀ ਧੁੰਦ ਦੇ ਵਿੱਚ ਥੋੜਾ ਕਿਉਂਕਿ getVisibility ਘਟ ਹੁੰਦੀ ਹੈ ਬੰਦੇ ਨੂੰ ਹਾਈਡ ਹੋਣਾ ਸੌਖਾ ਹੈ ਉਦਾਂ ਵਿਜੀਬਲ ਹੁੰਦਾ ਆਸ-ਪਾਸੇ ਖੇਤਾਂ ਵਾਲੇ ਵੀ ਦੇਖ ਲੈਂਦੇ ਆ ਕਿਉਂਕਿ ਉਸ ਜੇ ਆਪਾਂ ਬਾਰਡਰ ਬੈਲਟ ਦੇ ਵਿੱਚ ਦੇਖੀਏ ਤਾਂ ਕੋਈ ਸਾਰੇ ਬੰਦੇ ਤਾਂ ਕ੍ਰਿਮੀਨਲ ਹੈ ਨਹੀਂਗੇ ਠੀਕ ਹੈ ਨਾ ਜੀ ਤਾਂ ਬੰਦਾ ਜਦੋਂ ਕੋਈ ਕਿਸੇ ਦੀ ਐਕਟੀਵਿਟੀ ਉਦਾਂ ਨੋਟ ਹੋ ਜਾਂਦੀ ਹੈ ਧੁੰਦ ਦੇ ਵਿੱਚ ਸੌਖਾ ਰਹਿੰਦਾ ਹੈ